ਫਾਜ਼ਿਲਕਾ ਦੇ ਪਿੰਡ ਸ਼ਮਸ਼ਾਬਾਦ ਚ ਅਚਾਨਕ ਤਾਰਾਂ ਦੀ ਸਪਾਰਕਿੰਗ ਤੋਂ ਕਾਰਨ ਕਣਕ ਦੇ ਖੜੇ ਖੇਤ ਚ ਅੱਗ ਲੱਗ ਗਈ, ਜਿਸ ਵਿਚ ਪਿੰਡ ਦੇ ਗਰੀਬ ਕਿਸਾਨਾਂ ਦੀ ਕਰੀਬ 12 ਏਕੜ ਕਣਕ ਦੀ ਫਸਲ ਤੇ 10 ਏਕੜ ਨਾੜ ਜਲ ਕੇ ਰੱਖ ਹੋ ਗਈ, ਜਿੱਥੇ ਅੱਗ ਲੱਗਣ ਦੇ ਮੌਕੇ ਤੇ ਹੀ ਪਿੰਡ ਵਾਸੀਆਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ, ਜਿਸ ਤੇ ਫਾਇਰ ਬ੍ਰਿਗੇਡ ਦੀ ਗੱਡੀ ਵੱਲੋਂ ਮੌਕੇ ਤੇ ਪਹੁੰਚ ਕੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅੱਗ ਤੇ ਕਾਬੂ ਪਾਇਆ ਗਿਆ। ਸਵੇਰੇ ਬਿਜਲੀ ਦੀਆਂ ਤਾਰਾਂ ਜੁੜਨ ਕਾਰਨ ਕਣਕ ਨੂੰ ਅੱਗ ਭਾਰੀ ਨੁਕਸਾਨ ਹੋਇਆ ਹੈ ਜੀ। 1.5 ਕਿੱਲਾ ਤਾਂ ਮੇਰੀ ਸੜ ਗਈ ਜੀ, ਤੇ ਨਾਲ ਹੋਰ ਵੀ ਕਾਫੀ ਕਿਸਾਨਾਂ ਦਾ ਨੁਕਸਾਨ ਹੋਇਆ, ਨਾੜ ਮੋਟਰਾਂ ਦੀਆਂ ਤਾਰਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ। ਸੜ ਚੁੱਕੀ ਹੈ, ਨੁਕਸਾਨ ਹੋ ਚੁੱਕਿਆ, ਅਸੀਂ ਨਕਸ਼ਾ ਲਿਆ ਕੇ ਹੁਣੇ ਉਹਦਾ ਐਸਟੀਮੇਟ ਬਣਾ ਕੇ ਜੋ ਬਣਦੀ ਸਰਕਾਰੀ ਕਾਰਵਾਈ ਹੁਣੇ ਕਰਾਂਗੇ। ਨੁਕਸਾਨ ਹੋਇਆ ਤੇ ਅਸੀਂ ਬਿਲਕੁਲ ਦਾਣਾ ਦਾ ਹਿਸਾਬ ਨਾੜ ਚ ਅੰਦਾਜ਼ਾ ਜੀ ਸਾਡੇ ਹਿਸਾਬ ਨਾਲ ਤਾਂ 10-12 ਕਿੱਲੇ ਕਣਕ ਨੂੰ ਜਿਹੜੀ ਅੱਗ ਲੱਗੀ ਆ, ਵਿੱਚ ਨਾੜ ਜਿਹੜਾ 10-15 ਕਿੱਲੇ ਨਾੜ ਸੜਿਆ ਜੀ। ਤੇ ਅਸੀਂ ਸਾਰੀ ਰਿਪੋਰਟ ਹੁਣੇ ਹੀ ਆਪਦੇ ਤਹਿਸੀਲ ਦਫ਼ਤਰ ਨੂੰ ਭੇਜਿਆ, ਮੈਂ ਤਹਿਸੀਲਦਾਰ ਨੂੰ ਇਨਫੋਰਮੇਸ਼ਨ ਦੇ ਚੁੱਕਾ ਹਾਂ ਸਾਰੀ, ਤੇ ਹੁਣੇ ਇਹਦੀ ਜੋ ਬਣਦੀ ਕਾਰਵਾਈ ਜੋ ਕਾਨੂੰਨ ਮੁਤਾਬਕ ਕਰਾਂਗੇ ਜੀ। ਓਕੇ। ਫਾਜ਼ਿਲਕਾ ਤੋਂ ਇੰਦਰਜੀਤ ਸਿੰਘ ਦੀ ਰਿਪੋਰਟ, ਚੈਨਲ 2।